केंद्र सरकार वालों ये फरमान आ गया सी कि झोने की खरीद जिहड़ी आ 11 अक्तूबर तो शुरू होएगी, पर किसान रोह नूं देखदिआं किसान जथेबंदियां दे लगातार संघर्ष नूं देखदिआं एन मौके ते जिहड़ी अज हैगी आ झोने की खरीद दे जिहड़े शुरू करन दे फरमान बीती शाम आ गए। झोने की खरीद जिहड़ी आ सरकारी खरीद जिहड़ी आ शुरू हो चुकी है और आमद जिहड़ी आ क्योंकि एक वारी ढिल्ले पै गए सी किसान और इंज लग रहा सी क्योंकि 11 अक्तूबर तो खरीद शुरू आ, जेकर पहला झोना लिया के रखणगे तां नमी दी मात्रा ना उहदे नाल प्रभावित हो जाए जां कुछ होर कोई मौसम दी खराबी करके कुछ खराब ना हो जाए, अजिहियां बहुत सारियां जिहड़ियां चर्चावां सी, जिहे बहुत सारे सवाल जिहड़े सी ਉਹ ਕਿਸਾਨਾਂ ਦੇ ਦਿਲਾਂ ਦੇ ਵਿੱਚ ਸੀ, ਜਿਸ ਕਰਕੇ ਜਿਹੜਾ ਉਹ ਮੰਡੀ ਦੇ ਵਿੱਚ ਝੋਨੇ ਦੀ ਆਮਦ ਜਿਹੜੀ ਆ ਉਹ ਨਹੀਂ ਹੋ ਰਹੀ ਸੀ। ਪਰ ਜਿਵੇਂ ਹੀ ਕੱਲ ਸ਼ਾਮੀ ਇਹ ਗੱਲ ਆਈ ਆ ਤਾਂ ਹੁਣ ਝੋਨੇ ਦੀ ਆਮਦ ਵੀ ਜਿਹੜੀ ਆ ਉਹ ਮੰਡੀ ਦੇ ਵਿੱਚ ਸ਼ੁਰੂ ਹੋ ਚੁੱਕੀ ਆ। ਸ਼੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿਖੇ ਆ ਜਿੱਥੇ ਸਰਕਾਰੀ ਖਰੀਦ ਝੋਨੇ ਦੀ ਅੱਜ ਜਿਹੜੀ ਆ ਉਹ ਰਸਮੀ ਤੌਰ ਤੇ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਵੱਲੋਂ ਸ਼ੁਰੂ ਕਰਵਾਈ ਗਈ ਆ। ਇਸ ਮਾਮਲੇ ਦੇ ਵਿੱਚ ਕਿਸਾਨ ਕੀ ਸੋਚਦੇ ਨੇ ਫਿਲਹਾਲ ਤੁਸੀਂ ਤਸਵੀਰਾਂ ਦੇਖੋ ਕਿ ਕੁਛ ਕੁ ਝੋਨਾ ਜਿਹੜਾ ਹੈਗਾ ਉਹਦੀ ਆਮਦ ਜਿਹੜੀ ਆ ਉਹ ਮੰਡੀ ਦੇ ਵਿੱਚ ਆ ਚੁੱਕਿਆ ਹੈਗਾ ਔਰ ਜਿਹੜਾ ਵੱਖ ਵੱਖ ਤਰ੍ਹਾਂ ਦੇ ਨਾਲ ਜਿਹਨੂੰ ਕਹਿੰਦੇ ਆ ਕਿ ਨਵੀਂ ਜਿਹੜੀ ਸੁਕਾਉਣ ਦੀ ਪ੍ਰਕਿਰਿਆ ਜਿਹੜੀ ਆ ਉਹ ਚਾਹੇ ਪੱਖਾ ਲਾ ਕੇ ਚਾਹੇ ਲੇਬਰ ਦੁਆਰਾ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਆ ਤਾਂ ਜੋ ਬਿਲਕੁਲ ਸੁੱਕਾ ਝੋਨਾ ਜਿਹੜਾ ਹੈਗਾ ਉਹ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਉਸ ਨੂੰ ਸਰਕਾਰੀ ਰੇਟ ਜਿਹੜਾ ਉਹ ਲੱਗ ਸਕੇ। ਝੋਨੇ ਦੀ ਖਰੀਦ ਫਿਲਹਾਲ ਸ਼ੁਰੂ ਹੋ ਚੁੱਕੀ ਆ, ਲੋਕ ਕੀ ਕਹਿੰਦੇ ਨੇ ਇਸ ਸੰਬੰਧ ਦੇ ਵਿੱਚ, ਕਿਸਾਨਾਂ ਦਾ ਕੀ ਕਹਿਣਾ, ਇਹਨਾਂ ਨਾਲ ਗੱਲਬਾਤ ਕਰਾਂਗੇ। ਦੇਖੋ ਜੀ, ਮੋਇਸਚਰ ਦੇ ਬਿਲਕੁਲ ਲਿਮਿਟ ਦੇ ਵਿੱਚ ਸੀਗੀ, ਸੁੱਕਾ ਸੀਗਾ ਬਿਲਕੁਲ, ਅਸੀਂ ਤਿੰਨ ਢੇਰੀਆਂ ਦੇਖੀਆਂ, ਹੁਣੇ ਤੁਸੀਂ ਦੇਖੋ ਜੇ ਗੇੜਾ ਲਗਾ ਕੇ ਹੁਣੇ ਥੋੜ੍ਹਾ ਹੀ ਆਇਆ ਹੈਗਾ, ਮਗਰ ਬਿਲਕੁਲ ਸੁੱਕਾ ਸੀਗਾ, 13 ਤੇ 14 ਦੇ ਵਿਚਕਾਰ ਸੀਗਾ। ਮੈਂ ਸਾਰੇ ਕਿਸਾਨਾਂ ਨੂੰ ਪ੍ਰੇਰਨਾ ਜ਼ਰੂਰ ਕਰੂੰਗੀ ਕਿ ਮੋਇਸਚਰ ਜ਼ਰੂਰ ਆਪਣੀ ਚੈੱਕ ਕਰਾ ਕੇ ਗਿੱਲਾ ਨਾ ਲੈ ਕੇ ਆਉਣ, ਕਿਉਂਕਿ ਫਿਰ ਦਿੱਕਤ ਪੈਂਦੀ ਹੈ। ਇਹਦੇ ਬਜਾਏ ਪੂਰੀ ਤਸੱਲੀ ਮੈਂ ਸਾਰਿਆਂ ਨੂੰ ਦਿੰਦੀ ਹਾਂ ਕਿ ਜਿਵੇਂ ਹਰ ਵਾਰ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਕਦੀ ਵੱਟਾ ਨਹੀਂ ਲੱਗਿਆ, ਸਾਡੇ ਮੁਕਤਸਰ ਮੰਡੀ ਅਤੇ ਬਰੀਵਾਲਾ ਮੰਡੀ ਦੇ ਵਿੱਚ ਅਤੇ ਸਾਰੇ ਮੰਡੀਆਂ ਦੇ ਵਿੱਚ ਕੋਈ ਵੱਟਾ ਨਹੀਂ ਲੱਗੂਗਾ। ਜੇ ਕਿਸੇ ਦੇ ਧਿਆਨ ਦੇ ਵਿੱਚ ਇਹ ਗੱਲ ਆਈ, ਜ਼ਰੂਰ ਸਾਨੂੰ ਦੱਸੋ, ਨਾਲ ਦੀ ਨਾਲ ਅਸੀਂ ਐਕਸ਼ਨ ਲਵਾਂਗੇ। ਧੰਨਵਾਦ ਮੈਂ ਕਰਦੀ ਹੈਗੀ ਆਪਣੇ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਦੀ, ਨਾਲ ਕੈਪਟਨ ਅਮਰਿੰਦਰ ਸਿੰਘ ਦੀ, ਦੋਨੋਂ ਜਿਹੜੇ ਗਏ ਸੀਗੇ ਦਿੱਲੀ ਅਤੇ ਜਾ ਕੇ ਮੋਦੀ ਸਾਹਿਬ ਨਾਲ ਗੱਲ ਕਰਕੇ ਆਏ ਕਿ ਇਹ 10 ਦਿਨ ਲੇਟ ਨਾ ਕਰੋ, ਅਤੇ ਸ਼ੁਕਰ ਹੈ ਉਹ ਮੰਨ ਗਏ ਨੇ। 170 ਲੱਖ ਠੀਕ ਹੋਣੇ ਆ ਆਪਣੇ ਪੰਜਾਬ ਦੇ, ਅਤੇ ਇਸੇ ਲਈ ਚੁਕੰਨੇ ਰਹਿਣਾ ਅਸੀਂ ਸਾਰਿਆਂ ਨੇ ਕਿ ਬਾਰਡਰ ਦੇ ਉੱਤੇ ਪੂਰੀ ਹਿਫਾਜ਼ਤੀ ਆਪਾਂ ਉੱਥੇ ਲਗਾ ਲਈਏ, ਚਾਹੇ ਆਪਣੇ ਬਾਰਡਰ ਦੇ ਉੱਤੇ ਰਾਖੀ ਕਰਨ ਦੇ ਲਈ ਬੰਦੇ ਬੈਠਣ ਕਿ ਕੋਈ ਜਾਵੇ ਨਾ ਅਤੇ ਇੱਥੇ ਨਾ ਸਾਡੇ ਪੰਜਾਬ ਦੇ ਕੋਟੇ ਦੇ ਵਿੱਚੋਂ ਕੋਈ ਬਾਹਰਲੇ ਸੂਬੇ ਦਾ ਕੋਈ ਆ ਕੇ ਝੋਨਾ ਨਾ ਵੇਚੇ। ਸੈਕਟਰੀ ਸਾਹਿਬ, ਕਿਸ ਤਰ੍ਹਾਂ ਦੇ ਪ੍ਰਬੰਧ ਨੇ ਅਤੇ ਕੀ ਕਹਿਣਾ ਚਾਹੋਗੇ ਜਿਹੜੀ ਹੁਣ ਝੋਨੇ ਦੀ ਖਰੀਦ ਸ਼ੁਰੂ ਹੋਈ? ਮਾਰਕੀਟ ਕਮੇਟੀ ਸ਼੍ਰੀ ਮੁਕਤਸਰ ਸਾਹਿਬ ਦੇ ਅਧੀਨ ਕੁੱਲ 35 ਮੰਡੀਆਂ ਆਉਂਦੀਆਂ ਜੀ, ਉਹਨਾਂ ਦੇ ਵਿੱਚ ਸਾਰੇ ਸਫਾਈ, ਬਿਜਲੀ, ਪਾਣੀ, ਛਾਂ ਦੇ ਸਾਰੇ ਪ੍ਰਬੰਧ ਜਿਹੜੇ ਮਾਰਕੀਟ ਕਮੇਟੀ ਵੱਲੋਂ ਕਰ ਲਏ ਗਏ ਆ। ਅਤੇ ਮੇਰੇ ਵੱਲੋਂ ਜਿਹੜੀ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਜਿਹੜਾ ਸੁੱਕਾ ਝੋਨਾ ਲਿਆਉਣ ਤਾਂ ਜੋ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਹ ਜਿਸ ਦਿਨ ਝੋਨਾ ਲੈ ਕੇ ਆਉਣਗੇ, ਜੇ 17 ਮੋਇਸਚਰ ਆ ਤਾਂ ਸੇਮ ਡੇ ਉਹਨਾਂ ਦੀ ਜਿਹੜੀ ਹੈਗੀ ਬੋਲੀ ਲੱਗੂਗੀ ਔਰ ਉਹਨਾਂ ਦੀ ਪੇਮੈਂਟ ਜਿਹੜੀ ਉਹਨਾਂ ਦੇ ਖਾਤਿਆਂ ਵਿੱਚ ਪਾਈ ਜਾਊਗੀ। ਅੱਜ ਕਿੰਨੀ ਮੋਇਸਚਰ ਤੇ ਝੋਨੇ ਦੀ ਖਰੀਦ ਸ਼ੁਰੂ ਹੋਈ ਹੈ ਤੇ ਕੀ ਰੇਟ ਕੀ ਰੱਖਿਆ? ਅੱਜ ਜਿਹੜਾ ਢੇਰੀਆਂ ਦਾ ਮੋਇਸਚਰ ਆਇਆ ਜੀ, ਕਿਸੇ ਦਾ 13 ਵੀ ਆਇਆ, 14 ਵੀ ਆਇਆ, 15 ਵੀ ਆਇਆ ਹੈਗਾ, ਤੇ ਜਿਹੜਾ ਰੇਟ ਆ MSP ਉਹ 1960 ਰੁਪਏ ਦੇ ਹਿਸਾਬ ਨਾਲ। ਕੁਛ ਸਾਡੇ ਤੋਂ ਉਹਨਾਂ ਨੇ ਆਸਾਨ ਨਹੀਂ ਕੀਤਾ, ਜਦੋਂ ਪਿੱਛੇ ਤੋਂ ਲੈ ਕੇ 1 ਅਕਤੂਬਰ ਦਾ ਆਪਣਾ ਟਾਈਮ ਬਾਉਂਡ ਕੀਤਾ ਹੋਇਆ ਵੀ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੈ, ਘਟਿਤ ਕਰਨ ਦੀ ਬਾਬਤ, ਜੱਟਾਂ ਨੂੰ ਪਰੇਸ਼ਾਨ ਦੀ ਕਰਨ ਦੀ ਬਾਬਤ ਉਹਨਾਂ ਨੇ ਇਹਨੂੰ ਘੜੀਸ ਕੇ 11 ਤਰੀਕ 'ਤੇ ਲੈ ਗਏ ਸੀ। ਜਿਹੜਾ ਕਿਸਾਨ ਮੋਰਚੇ ਦੇ ਕੌਲ 'ਤੇ ਹਰੇਕ ਹੀ ਕਿਸਾਨ ਨੇ ਜਿਹੜਾ ਧਰਨੇ ਦਾ ਰਾਹ ਅਪਣਾ ਕੇ ਅਤੇ ਸਰਕਾਰ ਦੇ ਨੱਕ 'ਚ ਦਮ ਕਰਕੇ ਅੱਜ ਛੁੱਟੀ ਹੋਣ ਦੇ ਨਾਤੇ 'ਤੇ ਵੀ ਅੱਜ ਬੋਲੀ ਸ਼ੁਰੂ ਕਰਾਈ ਹੈ। ਜਿਹੜੀ ਇਹਨਾਂ ਨੇ ਬੋਲੀ ਸ਼ੁਰੂ ਕਰਾਈ ਉਹਦੇ ਵਾਸਤੇ ਸਾਡੇ ਮਨ ਦੇ ਵਿੱਚ ਇਹ ਖੁਸ਼ੀ ਹੈ ਵੀ ਜਿਹੜੇ ਸਾਡੇ ਜ਼ਿਮੀਂਦਾਰ ਭਰਾ ਮੰਡੀ ਦੇ ਵਿੱਚ ਆਏ ਆ ਉਹਨਾਂ ਦਾ ਮਾਲ ਵਿਕ ਗਿਆ ਅਤੇ ਤੁਰ ਕੇ ਉਹ ਆਪਦੇ ਘਰੇ ਜਾਣਗੇ, ਉਹ ਜਗ੍ਹਾ ਵਿਹਲੀ ਹੋਊਗੀ, ਨਵਾਂ ਮਾਲ ਕਿੱਥੇ ਆਊਗਾ। ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਕਿਸਾਨ ਵੀਰਾਂ ਨੂੰ ਐਜ ਏ ਕਿਸਾਨ ਨੁਮਾਇੰਦਾ ਹੋਣ ਦੇ ਖਾਤਰ ਇੱਕ ਬੇਨਤੀ ਕਰੂੰਗਾ ਕਿ ਜਦੋਂ ਵੀ ਤੁਸੀਂ ਮੰਡੀ ਦੇ ਵਿੱਚ ਫਸਲ ਲਿਆਉਣੀ ਹੈ ਉਹਨੂੰ ਸੁਕਾ ਕੇ ਅਤੇ ਕੁਆਲਿਟੀ ਬਣਾ ਕੇ ਲਿਆਓ, ਨਾਲੇ ਤਾਂ ਤੁਹਾਡੇ ਰੁਪਈਏ ਵੱਧ ਵੱਟੀ ਦੇ ਹੈ, ਨਾਲੇ ਤੁਹਾਡਾ ਟਾਈਮ ਬਚਦਾ, ਨਾਲੇ ਖੱਜਲ ਖੁਆਰੀ ਮੁੱਕਦੀ ਹੈ, ਨਾਲੇ ਚੋਰੀ ਮੁੱਕਦੀ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਦੀ ਵਰਾਇਟੀ ਨੂੰ 6 ਮਹੀਨੇ ਪਾਲ ਕੇ ਅਤੇ 6 ਦਿਨਾਂ ਦੀ ਕਾਹਲ ਨਾਲ ਉਹਨੂੰ ਕੱਚਾ ਵੱਢ ਕੇ ਖਰਾਬ ਨਾ ਕਰੋ। ਪਹਿਲਾਂ ਤਾਂ ਸਭ ਤੋਂ ਵੱਡੀ ਧੰਨਵਾਦ ਆ ਤੁਹਾਡਾ ਮੀਡੀਆ ਦਾ
जिहड़ा ये भी यानी कि अज जिहड़ा शुरू होया इहदे च नाल रोल जे किसानां दा रोल है, किसानां ने धरने दित्ते आ, धरने दे के जित प्राप्त कीती है कि जिहड़ी 11 तरीक नूं शुरू होनी सी उह अज ऐतवार शुरू हो गई छुट्टी वाले दिन ही। ते नाल तुहाडा मीडिया दा जिहड़ा वधिया मीडिया तुहाडा बहुत वड्डा रोल है, तुसीं किसानां नूं कवर कीता, कवर करके जिहड़ी गल है सरकार तक दे कन्नां तक पहुँचाई, उहनां नूं पता लग गया कि जेकर असीं खरीद ना शुरू कीती तां बहुत वड्डा जिहड़ा पवाड़ा पै जाणा, जिहनूं कि उहनां ने खरीद शुरू करके रोकिया। ये सब तो वड्डा मीडिया का भी तुहाडा योगदान है। रस्मी तौर पर झोने की खरीद जेकर असी गल करिए वह शुरू हो गई है, अज सरकारी खरीद जी उनकी शुरुआत करा दिती गई है, पर जेकर देखा जाए कि जो जे प्रबंधा की गल शुरुआत वेखन नू मिली है, जो जे प्रबंध देखन नू मिले ने वह भावें प्रशासन दावा कर रहा, मंडी बोर्ड दावा कर रहा कि पुख्ता प्रबंध ने, पर सब तो वड्डी गल जिहड़ी आ उह आवारा पशुआं दी आमद आ, जिहदे तो किसान जिहड़े ने वह परेशान ने और आवारा पशु जिहड़े ने वह मंडी दे विच नज़र आ रहे हैं, और यह शुरुआती दौर दे विच आ, आने वाले दिनों च क्योंकि आमद वधनी है, दिन ब दिन जिहड़ी हैगी आ झोने की आमद होर होनी है, और उदों यह प्रबंधा तो उदों आवारा पशुआं ते किवें कंट्रोल किया जाएगा, क्योंकि असीं देखिया कि कई किसानां ने तारां ला रखियां ने झोने के आले दुआले और पशु जिहड़े ने वह मूँह मार रहे हैं झोने नूं। सो अजिहे प्रबंध हजे असी कह सकते हैं कि भावें प्रशासन के दावे ने पर पुख्ता प्रबंध असी नहीं कह सकते, आने वाले दिनों प्रबंधा च सुधार हुंदा जां नहीं हुंदा इस ते साडी नज़र जिहड़ी आ बनी रहेगी। जगबाणी लई कुलदीप सिंह रिनी, श्री मुक्तसर साहिब। देश दुनिया की हर वड्डी खबर नाल जुड़े रहने लई साडे यूट्यूब चैनल नूं सबसक्राइब करो, नाल दी नाल हर नवी वीडियो की नोटिफिकेशन लई बैल आइकन जरूर दबाओ। जेकर तुसीं इह वीडियो फेसबुक ते देख रहे हो तो इसनूं लाइक जरूर करो और ज्यादा तो ज्यादा शेयर भी करो। धन्यवाद।